ਤਾਂ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਸਦੇ ਵੱਲੋਂ DCB ਬੈਂਕ ਤੋਂ ਗੋਲਡ ਲੋਨ ਲਿੱਤਾ ਗਿਆ ਸੀ, ਜਿਹੜਾ ਕਿ ਉਸਦਾ ਲੋਨ 2 ਸਾਲਾਂ ਤੋਂ ਚੱਲ ਰਿਹਾ ਸੀ, ਜਿਸਦਾ ਇੰਟਰਸਟ ਵੀ ਉਸਦੇ ਵੱਲੋਂ ਸਮੇਂ ਸਿਰ ਦਿੱਤਾ ਜਾ ਰਿਹਾ ਸੀ। ਪਰ ਕੇਵਲ ਫਰਵਰੀ, ਮਾਰਚ ਅਤੇ ਅਪ੍ਰੈਲ ਦੀ ਇੰਟਰਸਟ ਨਾ ਦੇਣ ਤੋਂ ਬਾਅਦ ਉਸਨੂੰ ਇੱਕ ਚੈੱਕ ਭੇਜ ਦਿੱਤਾ ਜਾਂਦਾ DCB ਬੈਂਕ ਦੇ ਵੱਲੋਂ। ਇਸਦੇ ਨਾਲ ਹੀ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਗੋਲਡ ਜਿਹੜਾ ਹੁਣ ਖਤਮ ਹੋ ਗਿਆ ਅਤੇ ਬਚਦੀ ਅਮਾਊਂਟ ਜਿਹੜੀ ਹੈ ਉਹ ਤੁਸੀਂ ਲਿਜਾ ਸਕਦੇ ਹੋ। ਤਾਂ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਅੱਜ CP ਦਫ਼ਤਰ ਵਿਖੇ ਵੀ ਅਪੀਲ ਕੀਤੀ ਗਈ ਹੈ, ਮੰਗ ਕੀਤੀ ਜਾ ਰਹੀ ਹੈ ਕਿ ਇਸ ਪੂਰੇ ਮਾਮਲੇ ਦੇ ਉੱਪਰ ਕਾਰਵਾਈ ਕੀਤੀ ਜਾਏ, ਕਿਉਂਕਿ ਅੱਜ ਤੱਕ ਦਾ ਸਾਰਾ ਇੰਟਰਸਟ ਉਸ ਪਰਿਵਾਰ ਦੇ ਵੱਲੋਂ ਦਿੱਤਾ ਜਾ ਰਿਹਾ ਸੀ। ਕੇਵਲ ਫਰਵਰੀ, ਮਾਰਚ ਅਤੇ ਅਪ੍ਰੈਲ ਦਾ ਇੰਟਰਸਟ ਨਹੀਂ ਦਿੱਤਾ ਗਿਆ ਸੀ, ਪਰ ਬੈਂਕ ਦੇ ਵੱਲੋਂ ਉਹਨਾਂ ਨੂੰ ਇੱਕ ਚੈੱਕ ਭੇਜ ਦਿੱਤਾ ਜਾਂਦਾ ਹੈ। ਇਹ ਕਹਿ ਦਿੱਤਾ ਜਾਂਦਾ ਕਿ ਉਹਨਾਂ ਦਾ ਗੋਲਡ ਜਿਹੜਾ ਖਤਮ ਹੋ ਗਿਆ ਅਤੇ ਬਚਦੀ ਅਮਾਊਂਟ ਜਿਹੜੀ ਹੈ ਉਹ ਤੁਸੀਂ ਲਿਜਾ ਸਕਦੇ ਹੋ। ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਰਿਵਾਰ ਹੈ, ਪਰਿਵਾਰ ਦੇ ਵੱਲੋਂ ਥਾਣਾ ਡਿਵੀਜ਼ਨ ਨੰਬਰ 3 ਵਿਖੇ ਵੀ, ਜਿਹੜਾ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹੈ, ਤਾਂ ਇੱਕ ਵਾਰ ਫਿਰ ਹੁਣ ਇਸ ਪਰਿਵਾਰ ਦੇ ਉੱਪਰ ਥਾਣਾ ਡਿਵੀਜ਼ਨ ਨੰਬਰ 3 ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਸੁਣਵਾਈ ਜਿਹੜੀ ਹੈ ਉਹਨਾਂ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਮਜਬੂਰਨ ਉਹ CP ਦਫ਼ਤਰ ਪੇਸ਼ ਹੋਏ ਨੇ। CP ਦਫ਼ਤਰ ਪੇਸ਼ ਹੋ ਕੇ ਉਹਨਾਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਮੁਸ਼ਕਲਾਂ ਦਾ ਨਿਵਾਰਨ ਕੀਤਾ ਜਾਏ। ਤਾਂ 2.5 ਲੱਖ ਰੁਪਏ ਦਾ ਗੋਲਡ ਇਸ ਪਰਿਵਾਰ ਦੇ ਵੱਲੋਂ ਜਿਹੜਾ ਦਿੱਤਾ ਗਿਆ ਸੀ, 2.5 ਲੱਖ ਦੇ ਗੋਲਡ ਦੇ ਉੱਪਰ ਗੋਲਡ ਲੋਨ ਜਿਹੜਾ ਚੱਲ ਰਿਹਾ ਸੀ। ਤਾਂ ਜਿਸਦੇ ਚੱਲਦਿਆਂ ਹੁਣ ਬੈਂਕ ਦੇ ਵੱਲੋਂ ਇਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ, ਚੈੱਕ ਭੇਜ ਦਿੱਤਾ ਗਿਆ ਕਿ ਤੁਹਾਡਾ ਗੋਲਡ ਖਤਮ ਹੋ ਗਿਆ, ਬਚਦੀ ਅਮਾਊਂਟ ਤੁਸੀਂ ਲਿਜਾ ਸਕਦੇ ਹੋ। ਲਗਾਤਾਰ ਹੀ ਇਸ ਪਰਿਵਾਰ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਅਤੇ ਹੋਰ ਇਸ ਨੌਜਵਾਨ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਜਨਹਿਤੈਸ਼ੀ, TRP ਨਹੀਂ ਖਰੀਦਤੇ, ਭਰੋਸਾ ਜਿੱਤੇ ਹੈ ਹਮ। ਸਰ, ਮੇਰਾ ਇਹ ਗੋਲਡ ਲੋਨ ਦਾ ਸੀਗਾ, DCB ਬੈਂਕ 'ਚ ਗੋਲਡ ਲੋਨ ਚੱਲਦਾ ਸੀ ਪਿਛਲੇ 2 ਸਾਲ ਤੋਂ, ਅਤੇ ਰੈਗੂਲਰ ਮੈਂ ਉਹਨਾਂ ਦਾ ਇੰਟਰਸਟ ਬੇਸ 'ਤੇ ਸੀਗਾ, ਇੰਟਰਸਟ ਪੇ ਕਰ ਰਿਹਾ ਸੀਗਾ, ਅਤੇ ਜਨਵਰੀ ਮੰਥ ਇੰਟਰਸਟ ਪੇ ਕੀਤਾ ਸੀ, ਫਰਵਰੀ, ਮਾਰਚ, ਅਪ੍ਰੈਲ ਦਾ ਇੰਟਰਸਟ ਰੁਕਿਆ ਹੋਇਆ ਸੀ। ਮੈਡਮ ਨੇ ਵਿਜ਼ਿਟ ਕੀਤਾ, ਉਹਨਾਂ ਨੇ ਦੱਸਿਆ ਵੀ ਤੁਹਾਡਾ ਇੰਨਾ 4800 ਰੁਪਏ ਬਣਦਾ ਵਾ, ਤੁਸੀਂ ਪੇ ਕਰਾ ਦਿਓ। ਅਤੇ ਮੈਂ ਕਿਹਾ ਜੀ ਮੈਂ ਇਕੱਠਾ ਨਹੀਂ ਪੇ ਕਰਾ ਸਕਦਾ, ਉਹ ਮੈਡਮ ਕਹਿੰਦੇ ਵੀ ਤੁਸੀਂ ਹਾਫ ਕਰਵਾ ਦਿਓ। ਮੈਂ ਕਿਹਾ ਚਲੋ ਠੀਕ ਹੈ। ਮੈਂ 17 ਮਈ ਨੂੰ ਮੈਮ ਨੇ ਵਿਜ਼ਿਟ ਕੀਤਾ ਸੀਗਾ, ਅਤੇ ਮੈਂ 18 ਮਈ ਨੂੰ ਹਾਫ ਪੇਮੈਂਟ ਕਰਤੀ ਸੀਗੀ। ਉਸ ਤੋਂ ਬਾਅਦ ਮੈਡਮ ਦਾ ਕੋਈ ਮੇਰੇ ਨਾਲ ਕੰਟੈਕਟ ਨਹੀਂ ਹੋਇਆ, ਨਾ ਬੈਂਕ ਵਾਲਿਆਂ ਦਾ, ਮੈਨੂੰ ਕੁਛ ਨਹੀਂ ਦੱਸਿਆ ਗਿਆ ਹੈਗਾ। ਅਤੇ ਮੈਨੂੰ ਚੈੱਕ ਆਇਆ ਮਹੀਨੇ ਮੇਰੇ ਘਰ ਅਮਾਊਂਟ ਦਾ, ਅਤੇ ਮੈਨੂੰ ਨਹੀਂ ਪਤਾ ਸੀ ਉਹ ਕਾਹਦਾ ਵਾ। ਮੈਂ ਮੰਡੇ ਨੂੰ ਵਿਜ਼ਿਟ ਕੀਤਾ ਬੈਂਕ 'ਚ, ਅਤੇ ਉਹ ਕਹਿੰਦੇ ਵੀ ਤੁਹਾਡਾ ਗੋਲਡ ਖਤਮ ਹੋ ਗਿਆ ਹੋਇਆ, ਆਹ ਤੁਹਾਡੀ ਬਚਦੀ ਅਮਾਊਂਟ ਆ, ਤੁਸੀਂ ਲੈ ਜਾਓ। ਅਤੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ, ਅਸੀਂ ਨਾ ਕਿਤੇ ਸਾਈਨ ਕੀਤੇ, ਨਾ ਸਾਨੂੰ ਬੁਲਾਇਆ, ਕੋਈ ਨੋਟਿਸ ਨਹੀਂ ਆਇਆ ਸਰ। ਪੇਮੈਂਟ ਕਰਾਉਣ ਤੋਂ ਬਾਅਦ ਵੀ ਸਾਡੇ ਨਾਲ ਇੱਦਾਂ ਕੀਤਾ ਉਹਨਾਂ ਨੇ, ਹਾਲਾਂਕਿ ਲੀਗਲੀ ਜੋ ਹੈਗਾ ਉਹਨਾਂ ਦੀ ਨੋਟਿਸ 'ਚ ਉਹ 3 ਮਹੀਨੇ ਦਾ ਦੱਸਿਆ ਹੋਇਆ ਉਹਨਾਂ ਨੇ, 3 ਮਹੀਨੇ ਜੇ ਤੁਹਾਡੇ ਵੱਲੋਂ ਕੋਈ ਪੈਸਾ ਨਹੀਂ ਆਊਗਾ ਅਸੀਂ ਤੁਹਾਡੇ 'ਤੇ ਕਾਨੂੰਨ ਉਹ ਕਰ ਸਕਦੇ ਹਾਂ, ਡਿਸਟ੍ਰੋਇਕ ਜਾਂ ਖਤਮ। ਅਸੀਂ ਪਿਛਲੇ ਮਹੀਨੇ 18 ਮਈ ਨੂੰ ਕਰਾਇਆ ਸੀਗਾ, ਹਾਫ ਪੇਮੈਂਟ ਕਰਵਾਈ ਸੀਗੀ, ਉਹ ਹੁਣ ਹਾਫ ਪੇਮੈਂਟ ਨੂੰ ਮੰਨ ਨਹੀਂ ਰਹੇ, ਕਹਿੰਦੇ ਤੁਸੀਂ ਅਸੀਂ ਹਾਫ ਪੇਮੈਂਟ ਅਸੈਪਟ ਨਹੀਂ ਕਰਦੇ। ਹਾਂਜੀ, ਮੈਂ ਔਨਲਾਈਨ ਪੇਮੈਂਟ ਕੀਤੀ ਸੀਗੀ, ਗੂਗਲ ਪੇ ਕੀਤਾ। ਉਹ ਮਤਲਬ ਉਹ ਤਾਂ ਮੈਂ ਕੋਲ ਡਿਟੇਲ ਕਢਾ ਸਕਦਾ ਵਾਂ, ਕੋਲ 'ਤੇ ਵੀ ਗੱਲ ਹੋਈ ਸੀ ਮੈਮ ਨਾਲ, ਅਤੇ ਜਦੋਂ ਉਹ ਆਏ ਸੀ ਉਦੋਂ ਵੀ ਗੱਲ ਹੋਈ ਸੀਗੀ। ਉਹ ਤਾਂ ਮੈਂ ਉਹ ਰਿਕਾਰਡਿੰਗ ਨਹੀਂ ਹੈਗੀ, ਵੈਸੇ ਮੈਂ ਕਢਵਾ ਲਾਂਗਾ ਜੇ ਉਹ ਲੋੜ ਪਈ ਤਾਂ। ਅੱਛਾ, ਅਤੇ ਜਦੋਂ ਤੁਹਾਨੂੰ ਚੈੱਕ ਆਇਆ ਸੀਗਾ 47,000 ਦਾ, ਉਹ ਸਰ ਚੈੱਕ ਮਤਲਬ ਉਹ ਕੋਰੀਅਰ ਰਾਹੀਂ ਜਾਂ ਇੱਦਾਂ ਮਤਲਬ ਪੋਸਟ ਰਾਹੀਂ ਆਇਆ ਸੀਗਾ, ਅਤੇ ਜਦੋਂ ਅਸੀਂ ਦੇਖਿਆ ਅਮਾਊਂਟ ਦਾ ਚੈੱਕ ਆਇਆ, ਅਸੀਂ ਸਮਝੇ ਪਤਾ ਨਹੀਂ ਇਹਨਾਂ ਨੇ ਕੀ ਮੰਗ ਰਹੇ ਆ ਜਾਂ ਦੇ ਰਹੇ, ਸਾਨੂੰ ਨਹੀਂ ਕੁਛ ਪਤਾ ਸੀ ਉਹ ਚੈੱਕ ਬਾਰੇ। ਅਤੇ ਅਸੀਂ ਤਾਂ ਮੰਡੇ ਨੂੰ ਵਿਜ਼ਿਟ ਕੀਤਾ ਬੈਂਕ 'ਚ, ਇੱਥੇ ਆ ਕੇ ਸਾਨੂੰ ਪਤਾ ਲੱਗਿਆ ਘਰੇ ਮਤਲਬ ਮੇਰੇ ਪ੍ਰੋਬਲਮ ਸੀਗੀ, ਹੋਸਪਿਟਲ ਦਾਖਲ ਸੀਗੇ, ਸਾਨੂੰ ਮਤਲਬ ਉੱਧਰ ਧਿਆਨ ਨਹੀਂ ਰਿਹਾ ਹੈਗਾ ਇੰਟਰਸਟ ਬਾਰੇ, ਉਹ ਤਾਂ ਕਰਕੇ ਲੇਟ ਹੋ ਗਿਆ, ਅਤੇ ਇਹਨਾਂ ਨੇ ਸਾਨੂੰ ਦੁਬਾਰਾ ਜ਼ਰੂਰੀ। ਹਾਂਜੀ ਹਾਂਜੀ, ਇਹਨਾਂ ਨੇ ਸਾਨੂੰ ਬਸ ਇਹੀ ਦੋਖਾ ਕਿ ਹਾਂ ਇਹਨਾਂ ਨੇ ਸਾਨੂੰ ਇੱਕ ਵਾਰੀ ਵੀ ਦੱਸਿਆ ਨੀਗਾ ਸਾਡੇ ਪੇਮੈਂਟ ਕਰਾਉਣ ਦੇ ਬਾਵਜੂਦ ਵੀ। ਉਹਨਾਂ ਦਾ ਬੈਂਕ ਮੈਨੇਜਰ ਦਾ ਨਾਮ ਤਾਂ ਨਹੀਂ ਪਤਾ ਹੈਗਾ, ਉੱਦਾਂ DCB ਬੈਂਕ ਆ ਫਿਰੋਜ਼ ਗਾਂਧੀ ਮਾਰਕੀਟ, ਅਤੇ ਅਸੀਂ ਕੱਲ੍ਹ ਵੀ ਆਏ ਸੀ, ਇਹਨਾਂ ਨੇ ਕੱਲ੍ਹ ਵੀ ਸਾਨੂੰ ਕੋਈ ਰਾਹ ਸਿਰਾ ਨਹੀਂ ਫੜਾਇਆ ਹੈਗਾ, ਕੁਛ ਨਹੀਂ ਦੱਸਿਆ। ਹਾਂਜੀ, ਇਸ ਸੰਬੰਧ 'ਚ ਅਸੀਂ ਕੰਪਲੇਂਟ ਅੱਜ ਪਹਿਲਾਂ ਕੱਲ੍ਹ ਰਾਤ ਵੀ ਗਏ ਸੀ ਅਸੀਂ ਉੱਥੇ ਕਰਨ, ਅਤੇ ਅੱਜ ਵੀ 5 ਨੰਬਰ ਡਿਵੀਜ਼ਨ 'ਚ ਗਏ ਸੀ। ਉਹ ਕਹਿੰਦੇ ਵੀ ਅਸੀਂ ਲੈਣ ਦੇਣ 'ਚ ਹਾਲੇ ਕੋਈ ਕੰਪਲੇਂਟ ਦਰਜ ਨਹੀਂ ਕਰ ਸਕਦੇ, ਉਹਨਾਂ ਨੇ ਆਪਣੇ ਮੁਲਾਜ਼ਮ ਭੇਜਤੇ ਸੀ ਨਾਲ, ਅਤੇ ਉੱਥੇ ਵੀ ਸਾਡੀ ਇੰਨੀ ਜ਼ਿਆਦਾ ਸੁਣਵਾਈ ਨਹੀਂ ਹੋਈ ਹੈਗੀ।
प्रशासन तो मैं यही मांग कर रहा भी जो भी कानूनी कार्रवाई बनती है सख्त तो सख्त की जाए। हाँ जी अभी तो अच्छ सी पी साहब के पेश हो तो उन्होंने कंप्लेट दी है। गोल्ड साढ़ा सी 2.5 लाख का जी। लोन 1,19,000 का जी। उन्होंने इंट्रस्ट के समेत अज की जो बनती अमाउंट 1,22,000 रुपये बनती सी तो उन्होंने 1,70,000 चो डिस्ट्रॉय ही करता खत्म करता। बाकी पेमेंट मैंने चैक राही भेजती वो बारे मैं कुछ नहीं पता कुछ नहीं दस्या। चैक राही भेजी है तो ये तो पता होगा ना कि अमाउंट है लोन गोल्ड से वैल्यूएशन होंगी है वैल्यूएशन तो बाद जी उन्होंने रकम खड़ी होंगी उस तो बाद बेच सकते रकम तो सर प्लस ही सी मेरा गोल्ड नहीं नहीं जी रकम थोड़ी रुकी हुई वो तो सर जो लोन की अमाउंट से वह तो 1,19,000 रुपये सी जो उन्होंने इंट्रस्ट उपर बन रहा है वो 2-3,000 रुपये से उन्होंने 1,23,000 रुपये प्रिंसीपल अमाउंट बनाई हुई है तो मेरा गोल्ड बेचा उन्होंने 1,70,000 मेरे मदर जी के नाते है जी। यदि आपको हमारी ये वीडियो पसंद आई तो हमारे चैनल को लाइक शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।